ਅੰਮ੍ਰਿਤਸਰ ਵਿਖੇ ਨਿਊ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 10 ਵਿੱਚ ਬਿਜਲੀ ਦੀਆਂ ਤਾਰਾਂ ਤੋਂ ਤੰਗ ਆਏ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਮਹਿਕਮੇ ਤੋਂ ਮੰਗ ਕੀਤੀ ਕਿ ਇਸਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਦੁਰਘਟਨਾ ਨਾ ਹੋ ਸਕੇ। ਇਸ ਦੌਰਾਨ ਬਿਜਲੀ ਮਹਿਕਮੇ ਦੇ SDO ਇੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਸਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇਗਾ। ਇਸ ਮੌਕੇ ਨਗਰ ਨਿਵਾਸੀ ਬਲਜੀਤ ਸਿੰਘ, ਦਰਸ਼ਨ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ ਮੌਜੂਦ ਰਹੇ। ਬਲਜੀਤ ਸਿੰਘ ਕੀ ਕਹਿਣਾ ਚਾਹੁੰਦੇ, ਕੀ ਗੱਲ ਕਰਦੇ? ਸਹੀ ਆ, ਵੇਖੋ ਆਪਣੇ ਮੁਹੱਲੇ ਦੀਆਂ ਸਾਰੀਆਂ ਬਿਜਲੀ ਦੀਆਂ ਤਾਰਾਂ, ਸਾਡਾ ਬੂਹਾ ਨਹੀਂ ਬਾਹਰ ਖੁੱਲ੍ਹਦਾ, ਸਾਰੀਆਂ ਤਾਰਾਂ ਥੱਲੇ ਲਮਕਦੀਆਂ ਪਈਆਂ। ਇੱਥੇ ਬੱਚਿਆਂ ਨੇ ਖੇਡਣਾ, ਇੱਥੇ ਸਾਰੇ ਕੰਮ ਕਰਨੇ, ਆਪਾਂ ਬੂਹੇ ਵੀ ਖੋਲ੍ਹਣੇ, ਗੱਡੀ ਗੁੱਡੀ ਲਾਉਣੀ ਹੁੰਦੀ ਆ, ਕਿਸੇ ਮਾੜਾ ਜਿਹਾ ਬੂਹਾ ਬਾਹਰ ਖੋਲ੍ਹ ਜੇ ਇੱਥੋਂ ਹੋਣਾ ਪੈਂਦਾ ਵਾ। ਆਪਾਂ ਪਹਿਲਾਂ ਵੀ ਕੰਪਲੇਂਟ ਕੀਤੀ ਬਿਜਲੀ ਘਰ ਨੂੰ, ਅਤੇ ਉਹ ਆਪਣੇ ਕੋਈ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਬਿਜਲੀ ਵਾਲਿਆਂ ਨੇ। ਅਤੇ ਅੱਜ ਸਵੇਰੇ ਜਦੋਂ ਆ ਛੋਟੇ ਮੁੰਡੇ ਨੂੰ ਕਰੰਟ ਪਿਆ ਵਾ, ਆਪਾਂ ਬਿਜਲੀ ਵਾਲਾ ਲਿਆਂਦਾ ਵਾ, ਸਵੇਰੇ ਕਰੰਟ ਪਿਆ ਇਹਨੂੰ ਛੋਟੇ ਨੂੰ, ਅਤੇ ਫਿਰ ਜਾ ਕੇ ਪਤਾ ਲੱਗਾ ਵਾ ਬਿਲ ਕਿ ਮੁਹੱਲੇ ਵਾਲਿਆਂ ਵੀ ਕਿਹਾ ਵਾ ਕਿ ਆਪਾਂ ਕੰਪਲੇਂਟ ਕਰੀਏ ਸਾਰੇ ਜਣਿਆਂ ਨੇ। ਅੱਜ ਇਸ ਕਰਕੇ ਆਪਾਂ ਵੀਡੀਓ ਬਣਾਉਂਦੇ ਹਾਂ ਜਿਹੜੀ ਸਾਰਿਆਂ ਵਾਸਤੇ ਗਲਤ ਹੈ, ਭਾਈ ਵਾਸਤੇ ਕੀ, ਸਾਰਿਆਂ ਵਾਸਤੇ ਹੀ। ਆ ਬੂਹਾ ਬਾਹਰ ਨਹੀਂ ਖੁੱਲ੍ਹਦਾ, ਅਗਲੇ ਵੀ ਸਾਨੂੰ ਵੀ ਪਿਆ ਸਕਦਾ ਵਾ, ਅੱਜ ਇਹਨੂੰ ਪਿਆ ਵਾ, ਕੱਲ੍ਹ ਨੂੰ ਸਾਨੂੰ ਪਿਆ ਸਕਦਾ ਵਾ। ਹੋਰ ਮਾੜੀ ਇੰਨੀ ਥੱਲੇ ਨੀਵੀਆਂ ਤਾਰਾਂ, ਗੱਡੀ ਨੂੰ ਮਾੜੀ ਚੜ੍ਹਦੀ ਆ, ਤਾਰਾਂ ਤੋੜ ਕੇ ਗਾਂਹ ਜਾਂਦੇ ਆ। ਗਲੀ ਨੰਬਰ 10 ਨਿਊ ਸ਼ਹੀਦ ਊਧਮ ਸਿੰਘ ਨਗਰ, ਆਹ ਤੁਸੀਂ ਵੇਖ ਰਹੇ ਜੇ ਕਿ ਤਾਰਾਂ ਦਾ ਕੀ ਇੱਥੇ ਹਾਲਾਤ ਆ। ਅੱਗੇ ਬੱਚੇ ਨੂੰ ਕਰੰਟ ਪਿਆ, ਆਹ ਜਿਹੜਾ ਬਕਸਾ ਤੁਸੀਂ ਮਗਰ ਵੇਖ ਰਹੇ ਹੋ, ਇਹ ਆਟੋ ਲੰਘ ਰਿਹਾ ਸੀ, ਉਹਦੀਆਂ ਤਾਰਾਂ ਜਿਹੜੀਆਂ ਉਹ ਆਟੋ ਦੇ ਨਾਲ ਵਾਲੀਆਂ, ਇਹ ਬਕਸਾ ਥੱਲੇ ਡਿੱਗਿਆ, ਬਿਜਲੀ ਬੋਰਡ ਵਾਲਾ ਕੋਈ ਇੱਥੇ ਨਹੀਂ ਆਇਆ। ਅਸੀਂ ਮੁਹੱਲੇ ਵਾਲਿਆਂ ਨੂੰ ਚੁੱਕ ਕੇ ਸਿੱਧਾ ਕੀਤਾ, ਇੱਕ ਤਾਂ ਰਸਤਾ ਚਾਲੂ ਕੀਤਾ, ਅਤੇ ਦੂਜਾ ਜੇਕਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਵੇ ਉਹਦਾ ਕੋਈ ਜ਼ਿੰਮੇਵਾਰ ਨਹੀਂ ਬਣਦਾ ਬਾਅਦ 'ਚ, ਇਹ ਕਿਸੇ ਨੂੰ ਵੀ ਕਰੰਟ ਪੈ ਸਕਦਾ। ਆਹ ਵੇਖੋ ਚਾਰੇ ਬੰਨੇ ਤੁਸੀਂ ਆਪਣਾ ਕੈਮਰਾ ਘੁਮਾਓ, ਚਾਰੇ ਬੰਨੇ ਜੰਜਾਲ ਬਣਿਆ ਹੋਇਆ, ਕੋਈ ਸੁਣਵਾਈ ਨਹੀਂ। ਇਹਦੇ ਅਸੀਂ ਮੀਡੀਆ ਨੂੰ ਅਪੀਲ ਕਰਾਂਗੇ ਕਿ ਤੁਸੀਂ ਸਾਡੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਾਓ। ਮੇਰਾ ਨਾਮ ਕਿਰਨਜੀਤ ਕੌਰ ਆ, ਅਸੀਂ ਸ਼ਹੀਦ ਊਧਮ ਸਿੰਘ ਨਗਰ ਮੁਹੱਲੇ 'ਚ ਰਹਿੰਦੇ ਹਾਂ। ਮੈਂ 19-12 'ਤੇ ਕਮ ਸੇ ਕਮ 10 ਕੰਪਲੇਂਟਾਂ ਕੀਤੀਆਂ ਆ, ਉਹਨਾਂ ਵੱਲੋਂ ਮੈਨੂੰ JEE ਦਾ ਨੰਬਰ ਆ ਜਾਂਦਾ ਆ ਜਾਂ ਲੈਂਡਮੈਨ ਦਾ ਨੰਬਰ ਆ ਜਾਂਦਾ, ਹਰ ਨੰਬਰ 'ਤੇ ਕਾਲ ਕਰਦੀ ਹਾਂ ਮੈਂ। ਉਹ ਕਹਿੰਦੇ ਕਿ ਅੱਧੇ ਘੰਟੇ ਤੱਕ ਆ ਕੇ ਤੁਹਾਡੀਆਂ ਜਿਹੜੀਆਂ ਤਾਰਾਂ ਅਸੀਂ ਚੁਕਵਾ ਦਾਂਗੇ। 10-10 ਫੋਨ ਕਰਨ ਦੇ ਬਾਵਜੂਦ ਨਾ ਇੱਥੇ ਕੋਈ JEE ਆਇਆ ਨਾ ਲੈਂਡਮੈਨ ਆਇਆ। ਅੱਜ ਮੇਰੇ ਬੇਟੇ ਨੂੰ ਇੰਨਾ ਜ਼ਬਰਦਸਤ ਕਰੰਟ ਪਿਆ ਆ, ਚਲੋ ਬੱਚਾ ਸੀ ਬਚ ਗਿਆ, ਬਾਈ ਚਾਂਸ ਕੋਈ ਇੰਸੀਡੈਂਟ ਹੋ ਜੇ ਕੱਲ੍ਹ ਨੂੰ ਆਪਾਂ ਫਿਰ ਪ੍ਰਸ਼ਾਸਨ ਨੂੰ ਕਹਿਣਾ ਆ ਕਿ ਇਹਨਾਂ ਨੇ ਕੁਛ ਕੀਤਾ ਨਹੀਂ। ਪਰ ਇਹ ਕੁਛ ਵੀ ਕੰਮ ਜਿਹੜਾ ਧੇਲੀ ਦਾ ਕੰਮ ਨਹੀਂ ਕਰਦੇ, ਪੇ ਲੈਣ ਨੂੰ ਸਭ ਤੋਂ ਅੱਗੇ ਹੁੰਦੇ ਆ, ਕੰਮ ਕਰਨ ਵਾਲੀ ਸਰਕਾਰੀ ਬੰਦੇ ਸਭ ਤੋਂ ਪਿੱਛੇ ਹੁੰਦੇ ਆ। ਹਰ ਇੱਕ ਵਾਰ ਫੋਨ 'ਤੇ ਇਹੋ ਕਿਹਾ ਜਾਂਦਾ ਅੱਧੇ ਘੰਟੇ 'ਚ ਆਉਂਦੇ, ਅੱਧੇ ਘੰਟੇ 'ਚ ਆਉਂਦੇ, ਵੜਦਾ ਕੋਈ ਨਹੀਂ ਇੱਥੇ। 6 ਮਹੀਨੇ ਸਿਆਲ ਦੀਆਂ ਮੈਂ ਕੰਪਲੇਂਟਾਂ ਕਰਦੀ ਪਈ ਹਾਂ, ਗਰਮੀਆਂ ਆ ਚੁੱਕੀਆਂ ਨੇ ਪਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋਈ। 19-12 'ਤੇ ਮੇਰੇ ਕਮ ਸੇ ਕਮ 15 ਫੋਨ ਹੋ ਚੁੱਕੇ ਨੇ। ਜੀ, ਮੇਰਾ ਨਾਮ ਅਮਰਿੰਦਰਪਾਲ ਸਿੰਘ, SDO ਚਾਟੀਵਿੰਡ ਤੋਂ। ਅਤੇ ਜਿਹੜੀ ਅੱਜ ਤੁਸੀਂ ਮੈਨੂੰ ਕੰਪਲੇਂਟ ਦਿਖਾਈ ਆ, ਵੀਡੀਓ ਦਿਖਾਈ ਆ, ਇਹ ਪਹਿਲਾਂ ਮੇਰੇ ਧਿਆਨ 'ਚ ਨਹੀਂ ਸੀ ਹੈਗੀ, ਕਿਸੇ ਨੇ ਮੈਨੂੰ ਕੋਈ ਕੰਪਲੇਂਟ ਨਹੀਂ ਕੀਤੀ ਇਹਦੇ ਸੰਬੰਧ ਵਿੱਚ। ਹੁਣ ਤੁਸੀਂ ਦਿਖਾਈ ਆ, ਸਾਡਾ ਫਰਜ਼ ਬਣਦਾ ਇਹਨੂੰ ਆਪਾਂ ਪਹਿਲ ਦੇ ਆਧਾਰ 'ਤੇ ਇਹਨੂੰ ਜਲਦ ਤੋਂ ਜਲਦ ਇਹ ਸਮੱਸਿਆ ਹੱਲ ਕਰਾਂਗੇ। ਅਤੇ ਜੋ ਤਾਰਾਂ ਹੈਗੀਆਂ ਉਹ ਬਿਲਕੁਲ ਸਹੀ ਤਰੀਕੇ ਨਾਲ ਪ੍ਰੋਪਰ, ਇਹ ਮੇ ਬੀ ਕੱਲ੍ਹ ਤੱਕ ਇਹ ਜਿਹੜਾ ਕੰਮ ਹੋ ਜਾਊਗਾ ਜੀ, ਇਹਦੇ ਨਾਲ ਬਾਕੀ ਸਾਰੀਆਂ ਦੀ ਹੋਰ ਵੀ ਹੋਣਗੀਆਂ ਜੀ ਨਾਲ।